ਅੱਜ ਦੀ ਵੀਡੀਓ ਵਿੱਚ ਅਗਲੇ ਹਫਤੇ 10 ਦਿਨ ਦੀ ਮੌਸਮੀ ਸੂਰਤਹਾਲ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਵਾਲੇ ਹਾਂ। ਅੱਜ ਤੋਂ ਲੈ ਕੇ 10 ਤਰੀਕ ਤੱਕ ਕੋਈ ਵੀ ਬਾਰਿਸ਼ ਦੀ ਸੂਰਤਹਾਲ ਜਿਹੜੀ ਵਾਧਾ ਤੌਰ ਤੇ ਨਜ਼ਰ ਨਹੀਂ ਆ ਰਹੀ, ਪਰ ਕੈਦ ਜਿਹੜੀ ਗਰਮੀ ਦੀ ਬਹੁਤ ਜ਼ਿਆਦਾ ਸ਼ਿੱਦਤ ਜਿਹੜੀ ਇਸ ਟਾਈਮ ਨਜ਼ਰ ਆਉਂਦੀ ਪਈ। ਅੱਜ 9 ਤਰੀਕ ਨੂੰ ਵੈਸੇ ਵੀ ਮੌਸਮ ਬਹੁਤ ਜ਼ਿਆਦਾ ਗਰਮ ਰਹੇਗਾ, ਲੇਕਿਨ ਬਹਰਹਾਲ 10 ਤਰੀਕ ਤੱਕ ਜਿਹੜਾ ਮੌਸਮ ਦੀ ਕੋਈ ਵੀ ਐਸੀ ਪੇਸ਼ਨਗੋਈ ਨਜ਼ਰ ਨਹੀਂ ਆ ਰਹੀ ਜਿਹਦੇ ਵਿੱਚ ਕੋਈ ਬਾਰਿਸ਼ ਜਾਂ ਆਂਧੀ ਵਗੈਰਾ ਨਜ਼ਰ ਆਉਂਦੀ ਵੀ ਹੋਵੇ। ਲੇਕਿਨ ਹਾਂ, 10 ਦੀ ਦੁਪਹਿਰ ਤੋਂ ਬਾਅਦ ਜਿਹੜਾ ਬਲੋਚਿਸਤਾਨ ਤੇ KPK ਸਾਈਡ ਦੇ ਵਿੱਚ ਕੁਛ ਬੱਦਲ ਉੱਠਣ ਦੇ, ਜਿਹਦੇ ਨਾਲ ਹਲਕੀ ਫੁਲਕੀ ਬਾਰਿਸ਼ ਜਿਹੜੀ ਹੈ ਪੋਟੋਹਾਰ ਰੀਜਨ ਇਸਲਾਮਾਬਾਦ ਸਾਈਡ ਤੇ ਬਲੋਚਿਸਤਾਨ ਤੇ KPK ਦੇ ਵਿੱਚ ਜਿਹੜੀ ਹੋ ਸਕਦੀ ਹੈ। ਇਸ ਤੋਂ ਬਾਅਦ 11 ਤੋਂ 13 ਤਰੀਕ ਤੱਕ ਦੇ ਦੌਰਾਨ ਜਿਹੜੀ ਹੈ ਮੁਲਤਾਨ ਸਾਈਡ ਤੋਂ ਲੈ ਕੇ ਫੈਸਲਾਬਾਦ ਸਾਈਡ ਤੱਕ ਜਿਹੜੇ ਨੇ ਆਂਧੀ ਵਾਲੇ ਬਾਦਲ ਆਵਣ ਦੇ, ਜਿਹਨਾਂ ਵਿੱਚ ਜ਼ਿਆਦਾਤਰ ਆਂਧੀ ਹੋਏਗੀ, ਲੇਕਿਨ ਕੁਛ ਇਲਾਕਿਆਂ ਦੇ ਵਿੱਚ ਬਾਰਿਸ਼ ਤੇਜ਼ ਤੇ ਹਲਕੀ ਜਾਂ ਜ਼ਾਲਾਬਾਰੀ ਵਗੈਰਾ ਵੀ ਹੋ ਸਕਦੀ ਹੈ। ਲੇਕਿਨ ਇਸ ਵਕਤ ਵਾਧਾ ਜਿਹੜੇ ਚਾਂਸ ਨੇ ਇਸ ਟਾਈਮ ਆਂਧੀ ਦੇ ਹੀ ਨਜ਼ਰ ਆਉਂਦੇ ਪਏ ਨੇ, ਜਿਹਦੇ ਨਾਲ ਹਲਕੀ ਫੁਲਕੀ ਬਾਰਿਸ਼ ਜਿਹੜੀ ਇਹਨਾਂ ਇਲਾਕਿਆਂ ਵਿੱਚ ਦੇਸੀ ਪਈ ਹੈ, ਤੇ ਇਹਦੇ ਨਾਲ ਪੋਟੋਹਾਰ ਰੀਜਨ ਰਾਈਸ ਜ਼ੋਨ ਦਾ ਜਿੰਨਾ ਇਲਾਕਾ ਹੈ ਉਹਦੇ ਵਿੱਚ ਵੀ ਜਿਹੜਾ ਨਾ ਆਪਣਾ ਆਂਧੀ ਤੇ ਹਲਕੀ ਫੁਲਕੀ ਬਾਰਿਸ਼ ਜਿਹੜੀ ਦੇਸੀ ਪਈ ਹੈ। ਲੇਕਿਨ ਇੰਨੀ ਤੇਜ਼ ਬਾਰਿਸ਼ ਜਾਂ ਇੰਨੀ ਖਤਰਨਾਕ ਬਾਰਿਸ਼ ਨਹੀਂ ਹੈਗੀ ਜਿਹਦੇ ਨਾਲ ਕੋਈ ਮਸਲੇ ਮਸਾਇਲ ਪੈਦਾ ਹੋਣ। ਲੇਕਿਨ ਹਾਂ, ਤਿਲ ਕਾਸ਼ ਕਰਨ ਵਾਲੇ ਫਸਲਾਂ ਜਿਹੜੇ ਤਿਲ ਕਾਸ਼ ਕਰਨ ਵਾਲੇ ਕਾਸ਼ਕਾਰ ਨੇ ਉਹਨਾਂ ਵਾਸਤੇ ਇਹ ਖ਼ਬਰ ਹੈਗੀ ਹੈ ਕਿ ਉਹ ਮੌਸਮ ਦੀ ਪੇਸ਼ਨਗੋਈ ਨੂੰ ਵੇਖਦੇ ਹੋਏ ਤਿਲ ਦੀ ਜਿਹੜੀ ਕਾਸ਼ਤ ਉਹ ਕਰਨ। ਅਗਰ ਤਿਲ ਕਾਸ਼ਤ ਹੋਣ ਤੋਂ 3 ਦਿਨ ਦੇ ਅੰਦਰ ਅੰਦਰ ਵੀ ਬਾਰਿਸ਼ ਹੋ ਜਾਏ ਤੇ ਆਪਾਂ ਨੂੰ ਜਰਮੀਨੇਸ਼ਨ ਦੇ ਮਸਾਇਲ ਜਿਹੜੇ ਨੇ ਵੇਖਣ ਨੂੰ ਮਿਲਦੇ ਹੁੰਦੇ ਨੇ। ਇਸ ਤੋਂ ਬਾਅਦ 14, 15 ਤੇ 16 ਜਾਂ 17 ਤਰੀਕ ਜਿਹੜੀ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਬਾਰਿਸ਼ ਏਡੀ ਖਾਸ ਤਾਂ ਨਹੀਂ ਆਏਗੀ, ਲੇਕਿਨ ਪੰਜਾਬ ਤੇ ਪਾਕਿਸਤਾਨ ਦੇ ਕੁਛ ਇਲਾਕਿਆਂ ਦੇ ਵਿੱਚ ਜਿਹੜੀ ਹੈ ਆਂਧੀ ਦੇ ਨਾਲ ਜਿਹੜੀ ਹਲਕੀ ਫੁਲਕੀ ਬਾਰਿਸ਼ ਆ ਸਕਦੀ ਹੈ ਤੇ ਦਰਜਾ ਹਰਾਰਤ ਜਿਹੜਾ ਘੱਟ ਰਹੇਗਾ। ਲੇਕਿਨ 17 ਤਰੀਕ ਤੋਂ ਬਾਅਦ ਜਿਹੜਾ ਦਰਜਾ ਹਰਾਰਤ ਦੁਬਾਰਾ ਵਧਣਾ ਸ਼ੁਰੂ ਹੋ ਜਾਏਗਾ, ਜਿਹੜਾ ਕਿ ਫਸਲਾਤ ਦੇ ਵਾਸਤੇ ਇੰਤਹਾਈ ਜ਼ਿਆਦਾ ਨੁਕਸਾਨਦੇਹ ਵੀ ਸਾਬਤ ਹੋ ਸਕਦਾ ਹੈ, ਤੇ 45 ਡਿਗਰੀ ਤੱਕ ਜਿਹੜਾ ਦਰਜਾ ਹਰਾਰਤ ਜਿਹੜਾ ਉਹ ਜਾਣ ਦੇ ਚਾਂਸ ਨਜ਼ਰ ਆ ਰਹੇ ਨੇ 17 ਤਰੀਕ ਤੋਂ ਬਾਅਦ। ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੌਸਮੀ ਪੇਸ਼ਨਗੋਈ ਜਿਹੜੀ ਹੈ ਤਬਦੀਲ ਵੀ ਹੋ ਜਾਏ, ਲੇਕਿਨ ਬਹਰਹਾਲ ਜੋ ਇਸ ਵਕਤ ਸੂਰਤਹਾਲ ਨਜ਼ਰ ਆ ਰਹੀ ਹੈ ਉਹਦੇ ਮੁਤਾਬਕ 10 ਤੋਂ ਲੈ ਕੇ 12 ਤਰੀਕ 13 ਤਰੀਕ ਤੱਕ ਬੱਦਲ ਨੇ ਆਪਣੇ, ਬਾਰਿਸ਼ਾਂ ਉਹਨਾਂ ਦੀ ਘੱਟ ਨੇ, ਬੱਦਲ ਆਂਧੀ ਵਗੈਰਾ ਜ਼ਿਆਦਾ ਹੈ, ਲੇਕਿਨ ਕੁਛ ਚੰਦ ਇਲਾਕਿਆਂ ਦੇ ਵਿੱਚ ਜ਼ਾਲਾਬਾਰੀ ਜਾਂ ਬਾਰਿਸ਼ ਤੇਜ਼ ਹੋ ਸਕਦੀ ਹੈ। ਇਸ ਤੋਂ ਬਾਅਦ ਕੁਛ ਆਪਣੇ ਐਸੇ ਇਲਾਕੇ ਨੇ ਜਿਹਦੇ ਵਿੱਚ 14, 15, 16 ਦੇ ਦੌਰਾਨ ਜਿਹੜੀ ਹੈ ਬਾਰਿਸ਼ ਵਗੈਰਾ ਦੇ ਨਾਲ ਹਲਕੀ ਫੁਲਕੀ ਆਂਧੀ ਆ ਸਕਦੀ ਹੈ ਤੇ ਦਰਜਾ ਰਾਤ ਜਿਹੜਾ ਆਪਣਾ ਬਹੁਤ ਘੱਟ ਹੋ ਜਾਏਗਾ, ਤੇ ਉਸ ਤੋਂ ਬਾਅਦ 17 ਤਰੀਕ ਤੋਂ ਬਾਅਦ ਜਿਹੜਾ ਦੁਬਾਰਾ ਦਰਜਾ ਰਾਤ ਵਧਣਾ ਸ਼ੁਰੂ ਹੋ ਜਾਏਗਾ, ਜਿਹੜਾ ਕਿ ਫਸਲਾਂ ਦੇ ਵਾਸਤੇ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਇਹ ਆਉਣ ਵਾਲੇ ਅਗਲੇ 10 ਹਫ਼ਤਾ ਰੋਜ਼ ਦੀ ਮੌਸਮੀ ਪੇਸ਼ਨਗੋਈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ। ਅਗਰ ਇਸ ਤਰ੍ਹਾਂ ਦੀ ਮਜ਼ੀਦ ਵੀਡੀਓ ਦੇਖਣਾ ਚਾਹੁੰਦੇ ਹੋ ਤੇ ਆਪਣੇ ਪੇਜ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤਾਂ ਕਿ ਆਪਣੀਆਂ ਜਿੰਨੀਆਂ ਵੀ ਆਉਣ ਵਾਲੀਆਂ ਵੀਡੀਓ ਹੋਵਣ ਤੁਸੀਂ ਬਰ ਵਕਤ ਵੇਖ ਸਕੋ।